ਆਣ ਕੇ ਪਹਿਲਾਂ ਉਹਦੇ ਨਾਲ ਟੰਗਾ ਰਾਂਝੇ ਪੈਸੇ ਚੁੱਕੇ, ਫਿਰ ਮੇਰੇ ਆਣ ਕੇ ਤਾਂ ਸਰਾਣੇ ਖੜੇ ਹੋਏ ਰਜਾਈ ਚੁੱਕੀ, ਤਾਂ ਮੇਰੀਆਂ ਚੀਜ਼ਾਂ ਲਾ ਰਹੀਆਂ, ਵੰਗਾਂ ਚਾਰ ਸੀਗੀਆਂ, ਮੁੰਦੀਆਂ ਤਿੰਨ ਸੀ, ਵਾਲੀਆਂ ਚੇਨੀ ਸੀ, ਇਹ ਲਾਈ ਇਹਦਾ 15,000 ਰੁਪਈਆ ਸੀ ਵਿਚਾਰੇ, ਅਸੀਂ ਵਿਆਹ ਕਿੰਨੇ ਜਣੇ ਸੀਗੇ? ਪੰਜ ਛੇ ਜਣੇ ਸੀਗੇ, ਹੈਗੇ ਮੁੰਡੇ ਸੀ, ਬੁੱਢੇ ਨਹੀਂ ਸੀਗੇ, ਡੰਡੇ ਅਡੇ ਫੜੇ ਸੀ। ਸਲੈਪਰ ਮਸਲਾ ਤਿੰਨੇ ਜਣੇ ਸੀ ਅਸੀਂ, ਨਿਕਲ ਵਾਲਾ ਉੱਧਰ ਪਿਆ ਸੀ, ਅਸੀਂ ਦੋਨੇ ਭੈਣਾਂ ਇੱਥੇ ਪਈਆਂ ਸੀਗੀ, ਆਣ ਕੇ ਪਹਿਲਾਂ ਉਹਦੀਆਂ ਟੰਗਾਂ ਰਾਂਝੇ ਪੈਸੇ ਚੁੱਕੇ, ਫਿਰ ਮੇਰੇ ਆਣ ਕੇ ਤਾਂ ਸਰਾਣੇ ਖੜੇ ਹੋਏ ਰਜਾਈ ਚੁੱਕੀ, ਤਾਂ ਮੇਰੀਆਂ ਚੀਜ਼ਾਂ ਲਾ ਰਹੀਆਂ, ਵੰਗਾਂ ਚਾਰ ਸੀਗੀਆਂ, ਮੁੰਦੀਆਂ ਤਿੰਨ ਸੀ, ਵਾਲੀਆਂ ਚੇਨੀ ਸੀ, ਇਹ ਲਾਈ ਤਾਂ ਫਿਰ ਇਹਦੀ ਵਾਲੀਆਂ ਤਾਂ ਮੁੰਡੀ ਲਾਈ, ਇਹਦਾ 15,000 ਰੁਪਈਆ ਸੀ ਵਿਚਾਰੇ, ਅਸੀਂ ਵਿਆਹ ਜਾਣਾ ਸੀਗਾ। ਤੇ ਬੀਬੀ ਜੀ ਇਹ ਕਿੰਨੇ ਵਜੇ ਦੀ ਗੱਲ? 12-1 ਵਜੇ ਦੀ ਗੱਲ ਆ। ਤੇ ਹੋਰ ਕੋਈ ਨੁਕਸਾਨ ਹੋਰ ਕੀ ਕਰ ਗਏ? ਹੋਰ ਨਹੀਂ, ਸਾਨੂੰ ਕੁਛ ਵੀ ਕਿ ਸਾਨੂੰ ਬੋਲਣ ਦਿੱਤਾ ਨਹੀਂ ਵੀ ਇੱਥੇ ਪੈ ਜਾ ਲੰਮੇ, ਨਹੀਂ ਬਾਕੀ ਵੀ ਪੈਸੇ ਚੱਕੇ ਆ, ਪੈਸੇ ਚੁੱਕੇ ਆ, 4,000 ਉਧਰਲਾ ਸੀ ਸਾਡਾ, ਇਧਰਲਾ 1,00,000 ਰੁਪਈਏ ਉਧਰਲਾ ਸੀ। ਕਿੰਨੇ ਜਣੇ ਸੀਗੇ? ਪੰਜ ਛੇ ਜਣੇ ਸੀਗੇ, ਹੈਗੇ ਮੁੰਡੇ ਸੀ, ਬੁੱਢੇ ਨਹੀਂ ਸੀਗੇ, ਡੰਡੇ ਅਡੇ ਫੜੇ ਸੀ, ਮਤਲਬ ਡਾਕਾ ਪਾਉਣ ਦੀ ਫਰਾਕ ਚ ਆਏ ਸੀ। ਹਾਂਜੀ, ਮਤਲਬ ਕਿ ਚੋਰੀ ਕਰਨ ਦੇ ਇਰਾਦੇ ਦੇ ਚੋਰੀ ਕਰਕੇ ਗਏ ਆ, ਚੋਰੀ ਕਰੀ ਹੈ, ਡਾਕਾ ਹੈ, ਡਾਕਾ ਪਾ ਕੇ ਗਏ, ਥਾਲ ਕੇ ਚੋਰੀ ਲੈ ਗਏ, ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਇਹਦੇ ਵਿੱਚ? ਨਹੀਂ, ਅਸੀਂ ਬੋਲੇ ਨਹੀਂ, ਸਾਨੂੰ ਬੋਲਣ ਨਹੀਂ ਦਿੱਤਾ। ਠੀਕ, ਡੰਡੇ ਫੜੇ ਉਸੇ ਰੋਡ ਮੋਟੇ। ਇੱਕ ਇੱਥੇ ਇੱਕ ਕਿਸਮ ਦਾ ਡਾਕਾ ਹੀ ਵੱਜਿਆ, ਡਾਕਾ ਵੀ ਛੋਟਾ ਜਿਹਾ ਨਹੀਂ ਕਹਿ ਸਕਦੇ, ਬਹੁਤ ਵੱਡੀ ਲੁੱਟ ਹੋਈ ਆ, ਲੁੱਟ ਵੀ 1-2 ਵਜੇ ਦੇ ਕਰੀਬ ਲਾ ਲਓ, ਅਤੇ ਇੱਥੇ ਜੋ ਕਿ ਬਜ਼ੁਰਗ ਜੋੜਾ ਹੀ ਰਹਿ ਰਹੇ ਸਨ, ਅਤੇ ਇੱਕ ਉਹਨਾਂ ਦੀ ਸਿਸਟਰ ਸੱਦੀ ਹੋਈ ਸੀਗੀ, ਅਤੇ ਉਹ ਰਹਿ ਰਹੀ ਸੀ, ਤਾਂ ਜਾਣੀ ਕਿ ਜਿਹੜੀ ਲੁੱਟ ਹੋਈ ਆ, ਸੋਨਾ ਗੋਲਡ ਵਗੈਰਾ ਕਾਫੀ ਸੀਗਾ ਉਹ ਲੈ ਗਿਆ, ਅਤੇ ਬਾਕੀ ਨਕਦੀ ਸੀਗੀ ਇਹਨਾਂ ਦੇ ਕੋਲ, $4,000 ਸੀਗਾ, ਅਤੇ ਲੱਖ ਰੁਪਈਆ, 1,25,00,000 ਦੇ ਕਰੀਬ ਇੱਧਰ ਇੰਡੀਅਨ ਕਰੰਸੀ ਸੀਗੀ, ਅਤੇ ਉਹ ਬਸ ਇੱਧਰ ਗੇਟ ਥਾਣੀ ਐਂਟਰ ਹੋਏ ਆ, ਗੇਟ ਥਾਣੀ ਅੰਦਰ ਐਂਟਰ ਹੋਣ ਤੋਂ ਬਾਅਦ ਉਹ ਇਹਨਾਂ ਨੇ ਆਹ ਦਰਵਾਜ਼ਾ ਲੱਗਿਆ ਹੈ, ਜਾਣੀ ਕਿ ਮੇਨ ਡੋਰ ਥਾਣੀ ਐਂਟਰ ਹੋ ਗਏ, ਅਤੇ ਫਿਰ ਅੰਦਰ ਬਾਕੀ ਬਜ਼ੁਰਗ ਪਏ ਹੋਏ ਸਨ, ਉਹਨਾਂ ਨੂੰ ਉਠਾ ਲਿਆ, ਉਹਨਾਂ ਨੂੰ ਕਹਿੰਦੇ ਕਿ ਜੇ ਮਾੜਾ ਮੋਟਾ ਵੀ ਹਿੱਲੇ ਤਾਂ ਤੁਹਾਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਹ ਵਿਚਾਰੇ ਬਜ਼ੁਰਗਾਂ ਨੇ ਕੀ ਹਿਲਣਾ ਸੀਗਾ, ਅਤੇ ਆ ਬਾਕੀ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਸਕਦੇ ਆ। ਕਿੰਨੇ ਜਣੇ ਸੀਗੇ ਜਿਹੜੇ ਡਾਕਾ ਪਾਉਣ ਆਏ ਸੀਗੇ ਜੀ? ਡਾਕਾ ਪਾਉਣ ਆਏ ਆ 5-6 ਦੱਸਦੇ ਪਏ ਆ, ਹਾਂ, ਜਾਣੀ ਕਿ ਕਹਿੰਦੇ 5-6 ਬੰਦੇ ਦੱਸ ਗਏ, ਅਤੇ